ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਜੀ। ਸਤਿ ਸ਼੍ਰੀ ਅਕਾਲ ਭੰਗੂ ਸਾਹਿਬ, ਸਰੋਤਿਆਂ, ਦਰਸ਼ਕਾਂ, ਸਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਜਦੋਂ ਸਰਕਾਰ ਚੋਣ ਜਿੱਤ ਗਈ ਉਦੋਂ ਤਾਂ ਠੀਕ ਹੈ, ਬਹੁਤ ਬਿਜ਼ਨਸਮੈਨ ਮਾਫੀਆ ਟਾਈਪ ਜਿਹੜੇ ਲੋਕ ਸੀ ਉਹ ਨਾਲ ਜੁੜ ਗਏ, ਪਰ ਜਿਹੜੇ ਵਰਕਰ ਨੇ, ਵਰਕਰ ਇਸ ਪਾਰਟੀ ਦਾ ਕਮਜ਼ੋਰ ਹੈ, ਉਹ ਬਗਾਵਤ ਦੇ ਰਾਹ ਵੀ ਨਹੀਂ ਪੈ ਸਕਦਾ। ਕਾਂਗਰਸ ਦੇ ਵਿੱਚ ਜਦੋਂ ਰਾਣੇ ਗੁਰਜੀਤ ਦੇ ਬੇਟੇ ਨੂੰ ਟਿਕਟ ਨਹੀਂ ਮਿਲੀ ਤਾਂ ਆਜ਼ਾਦ ਖੜ੍ਹ ਗਏ ਉਹ, ਕਿਉਂਕਿ ਸੋਰਸ ਹੈ ਸੀ ਉਹਨਾਂ ਕੋਲ, ਸਮਰੱਥਾ ਹੈ ਸੀ, ਮਾਸ ਮਨੀ ਮੀਡੀਆ ਸਾਰੀ ਪਕੜ ਹੈ ਸੀ। ਇਸ ਪਾਰਟੀ ਦਾ ਵਰਕਰ ਤਾਂ ਨਵਾਣੇ ਲੋਕ ਨੇ, ਅਤੇ ਉਹੀ ਨਵਾਣੇ ਲੋਕ ਟਿਕਟਾਂ ਮੰਗਦੇ ਨੇ। ਟਿਕਟਾਂ ਦੀ ਉਮੀਦ ਸਰਕਾਰ ਦੀ ਲੀਡਰਸ਼ਿਪ ਨੇ ਜਗਾਈ ਹੈ ਕਿ ਆਹ ਚੱਕੋ, ਅਸੀਂ ਜੀਤ ਪੈਂਚਰ ਵਾਲਿਆਂ ਨੂੰ ਟਿਕਟ ਦੇ ਦਾਂਗੇ, ਅਸੀਂ ਚਾਹ ਬਣਾਉਣ ਵਾਲਿਆਂ ਨੂੰ ਟਿਕਟ ਦੇ ਦਾਂਗੇ, ਦਾਲ ਵਾਲਿਆਂ ਨੂੰ ਅਸੀਂ ਟਿਕਟ ਦੇ ਦਾਂਗੇ, ਜਾਂ ਟੈਂਪੂ ਆਟੋ ਰਿਕਸ਼ਾ ਚਲਾਉਣ ਵਾਲਿਆਂ ਨੂੰ ਟਿਕਟ ਦੇ ਦਾਂਗੇ। ਹੁਣ ਉਹ ਲੋਕ ਪਾਰਟੀ 'ਚ ਸ਼ਾਮਲ ਹੋ ਗਏ, ਉਹ ਵਰਕਰ ਨੇ, ਅਤੇ ਉਹਨਾਂ ਨੂੰ ਫਿਰ ਪਾਰਟੀ ਸਮਝਦੇ ਕੱਖ ਨਹੀਂ। ਡਾਕਟਰ ਸਾਹਿਬ ਦੇਖੋ, ਪਹਿਲਾਂ ਵੀ ਜੇ ਤੁਸੀਂ ਦੇਖੋਗੇ ਨਾ, ਜਿਹੜੇ ਆਰਟਿਸਟ ਬਹੁਤ ਸਾਰੇ ਆਪਣੇ ਉਹ ਨਾਭੇ ਤੋਂ ਸੀਗੇ, ਇੱਕ MLA ਜਿਹੜੇ ਬੰਦਿਆਂ ਦਾ ਇਕੱਠ ਕਰ ਸਕਦੇ ਸੀ, ਮਜਮਾ ਲਾ ਸਕਦੇ ਸੀ, ਜਿਹਨਾਂ ਕੋਲ ਵੈਸੇ ਪੱਕਾ ਆਧਾਰ ਚਾਹੇ ਕੋਈ ਨਾ ਵੀ ਹੋਵੇ, ਉਹ ਸਟੰਟਬਾਜ ਸੀ ਜ਼ਿਆਦਾਤਰ, ਕੋਈ ਸਾਈਕਲ ਤੇ ਸਹੁੰ ਚੱਕਣ ਚਲਿਆ ਗਿਆ, ਹੋਰ ਮਤਲਬ ਕੋਈ ਕਮਿਟਮੈਂਟ ਵਾਲੀ ਗੱਲ ਤਾਂ ਹੈ ਨਹੀਂ ਸੀ। ਉਹ ਮਜਮੇਬਾਜ ਜਾਂ ਸਟੰਟਬਾਜ ਉਸ ਤਰ੍ਹਾਂ ਦੇ ਬੰਦੇ ਇਹਨਾਂ ਨੇ ਅੱਗੇ ਲੈ ਆਉਂਦੇ, ਪਰ ਉਹ ਕੋਈ ਡਿਸਿਪਲਿਨ ਵਾਲੀ ਪਾਰਟੀ ਨਹੀਂ ਉਹਦੇ ਬੇਸ ਤੇ ਬਣਦੇ ਹੁੰਦੇ। ਇਸੇ ਕਰਕੇ ਮੈਂ ਕਹਿ ਰਿਹਾ ਵੀ ਇਹ ਕੇਟਰਿੰਗ ਬਿਜ਼ਨਸ ਵਾਲਾ ਕੰਮ ਹੈ, ਕਿ ਠੇਕੇਦਾਰ ਨੇ ਠੇਕਾ ਲੈ ਲਿਆ, ਜਿਹੜੇ ਕੇਟਰਰ ਕਿਤੇ ਕੋਈ ਕੌਫੀ ਹਾਊਸ ਗਏ, ਚਾਹ ਦੀ ਦੁਕਾਨ ਤੇ ਲੱਗਿਆ, ਉਹਨਾਂ ਦੇ ਕੋਟ ਪਵਾਏ, ਉਸ ਦਿਨ ਫੰਕਸ਼ਨ ਹੋਇਆ, ਉਹ ਤੋਂ ਬਾਅਦ ਸਤਿ ਸ਼੍ਰੀ ਅਕਾਲ ਉਹਨਾਂ ਦੇ ਪੈਸੇ ਵੰਡੇ, ਉਹਨਾਂ ਦੀ ਔਕਾਤ ਵਿਚਾਰਿਆਂ ਦੀ ਕੀ ਹੁੰਦੀ ਹੈ। ਜਿਹੜੇ ਕਮਿਟਡ ਵਰਕਰ ਜਿਹੜਾ ਹੁੰਦਾ ਹੈ ਅਸਲ ਦੇ ਵਿੱਚ, ਉਹਦੀ ਪਹਿਲੀ ਗੱਲ ਕੋਈ ਆਈਡਿਆਲੋਜੀ ਹੋਊਗੀ, ਉਹ ਕਿਸੇ ਤਰੀਕੇ ਦੇ ਨਾਲ ਹੌਲੀ ਹੌਲੀ ਇਵੋਲਵ ਹੁੰਦਾ, ਉਹਦੇ 'ਚੋਂ ਕੋਈ ਸਟਰਗਲ ਕੀਤੀ ਹੁੰਦੀ ਹੈ। ਇਹ ਤਾਂ ਈਵੈਂਟ ਮੈਨੇਜਮੈਂਟ ਵਾਲਾ ਹੀ ਕੰਮ ਹੈ ਜ਼ਿਆਦਾਤਰ। ਮਾਨ ਸਾਹਿਬ ਵੀ ਜਿੱਥੇ ਜਾਂਦੇ ਨੇ ਤੁਸੀਂ ਦੇਖੋਗੇ, ਉਹ ਈਵੈਂਟ ਮੈਨੇਜਮੈਂਟ 'ਤੇ ਸਾਰਾ ਜ਼ੋਰ ਹੁੰਦਾ, ਕਦੇ ਗੁੱਡਵੇਟ ਰੱਖ ਲਈ, ਕਦੇ ਕਿਸੇ ਨੂੰ ਕੋਈ ਮੰਦਾ ਚੰਗਾ ਬੋਲਤਾ, ਕਦੇ ਇਹ ਕਰ ਲਿਆ ਵੀ 2 ਕਰੋੜ ਲੈ ਲਿਆ ਜੀ, ਅਸੀਂ ਮਤਲਬ ਪ੍ਰੈਸ ਕਾਨਫਰੰਸ ਕਰਾਂਗੇ 6 ਦਿਨ ਦੇ ਉੱਤੇ ਅੱਗੇ, ਮਤਲਬ ਸਾਰਾ ਸਟਰਕਚਰ ਜੇ ਤੁਸੀਂ ਕਲਚਰ ਦੇਖੋਗੇ ਆਮ ਆਦਮੀ ਪਾਰਟੀ ਦਾ, ਉਹ ਇਸ ਗੱਲ 'ਤੇ ਹੀ ਵੇਸਟ ਹੈ। ਉਹ ਕੋਈ ਵਰਕਰ, ਕੋਈ ਵਰਕਰਾਂ ਦੀ ਟ੍ਰੇਨਿੰਗ ਨਹੀਂ, ਕੋਈ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਹੈ ਕਿ ਉਹਨਾਂ ਦੇ ਰਾਈਟਸ ਕੀ ਨੇ ਜਾਂ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਾਉਣ, ਕੰਮ ਕਰਨ ਦੇ ਨਾਲ ਉਹਨਾਂ ਲਈ ਬਿਊਰੋਕ੍ਰੇਸੀ 'ਚੋਂ ਇੱਕ ਅਫਸਰ ਲਾ ਦਿੱਤਾ ਸੀ। ਅੱਛਾ, ਉਹ ਅਫਸਰ ਉਹਨਾਂ ਵਰਕਰਾਂ ਨੂੰ ਕੀ ਸਮਝਦੇ ਨੇ ਵਿਚਾਰਿਆਂ ਨੂੰ, ਮਤਲਬ ਇੱਕ ਮਤਲਬ ਜਿੱਤਿਆ ਹੋਇਆ MLA DC ਨੂੰ ਕਹਿ ਰਿਹਾ ਮੇਰਾ ਫੋਨ ਨਹੀਂ ਚੱਲ ਰਿਹਾ, ਮਤਲਬ ਤੁਸੀਂ ਚਲੋ ਜੇ ਕੰਮ ਨਹੀਂ ਆਉਂਦਾ ਤਾਂ ਤੁਸੀਂ ਮਤਲਬ ਸਿਖਾ ਦਿਓ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਤੁਸੀਂ ਭਾਈ ਹੁਣ ਪਬਲਿਕ ਲਾਈਫ ਦੇ ਵਿੱਚ ਆ ਗਏ। ਸੋ ਉਹਨਾਂ ਨੇ ਜਿੱਥੇ ਜਿੱਥੇ ਉਹਨਾਂ ਦਾ ਦਾਅ ਭਰਿਆ, ਕਿਸੇ ਨੇ ਕੋਈ ਟਰੱਕ ਯੂਨੀਅਨ ਦੱਬ ਲਈ, ਕਿਸੇ ਨੇ ਕੁਛ ਕਰ ਲਿਆ, ਮਤਲਬ ਜਿੰਨਾ ਕੁ ਉਹਨਾਂ ਨੂੰ ਜਿਸ ਤਰ੍ਹਾਂ ਦਾ ਸੀਗਾ, ਸੋ ਉਹ ਉਹੀ ਕੰਮ ਚੱਲ ਰਿਹਾ। ਇਸ ਕਰਕੇ ਗਰਾਊਂਡ ਲੈਵਲ ਦੇ ਉੱਪਰ ਇਹਨਾਂ ਨੂੰ ਪਤਾ ਹੈ ਕਿ ਰਿਸਪੋਂਸ ਨਹੀਂ ਹੈ ਅਸਲ ਦੇ ਵਿੱਚ, ਪਰ ਗਰਾਊਂਡ ਲੈਵਲ 'ਤੇ ਜਿਹੜੇ ਇਕੱਠ ਕਰੇ ਜਾਂਦੇ ਨੇ, ਜਦੋਂ ਕੇਜਰੀਵਾਲ ਸਾਹਿਬ ਆਉਂਦੇ ਨੇ ਜਾਂ ਮਾਨ ਸਾਹਿਬ ਜਾਂਦੇ ਨੇ, ਉਦੋਂ ਮਤਲਬ ਜਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਹੁੰਦਾ ਹੈ, ਪਿਛਲੇ ਦਿਨਾਂ ਦੀ ਕੋਈ ਗੱਲ ਹੈ ਨਾ ਕਿ ਮਤਲਬ ਦਫਾ 44 ਲਾ ਦਿੱਤੀ ਸੀ ਜਿੱਥੇ CM ਨੇ ਜਾਣਾ ਸੀ। ਤੁਸੀਂ ਹੱਦ ਦੇਖੋ ਨਾ ਕਿ ਆਮ ਲੋਕਾਂ ਦੇ ਲਈ ਦਫਾ 44 ਹੈ, 5 ਬੰਦੇ ਨਹੀਂ ਇਕੱਠੇ ਹੋ ਸਕਦੇ, ਤੁਸੀਂ ਇਕੱਠ ਕਰ ਰਹੇ ਹੋ ਉੱਥੇ ਇੰਨਾ ਸਾਰਾ। ਸੋ ਇਹ ਮੇਰਾ ਖਿਆਲ ਹੈ ਜਿਹੜੀ ਸਪਿਰਿਟ ਸੀ, ਲੈਟਰ ਅਤੇ ਸਪਿਰਿਟ ਜਿਹੜਾ ਕਹਿੰਦੇ ਨੇ, ਉਹ ਸਪਿਰਿਟ ਦੇ ਖਿਲਾਫ ਜਾ ਰਹੇ ਨੇ। ਮਤਲਬ ਅੱਜ ਦੀ ਡੇਟ ਦੇ ਵਿੱਚ ਮਤਲਬ ਤੁਸੀਂ ਦੇਖੋ ਨਾ, ਅੰਨਾ ਹਜ਼ਾਰੇ ਦੀ ਸਪਿਰਿਟ ਕੀ ਸੀਗੀ, ਗੱਲਾਂ ਕੀ ਸੀ ਉਸ ਟਾਈਮ ਦੀਆਂ, ਹੁਣ ਮਤਲਬ ਗਰਾਊਂਡ ਲੈਵਲ 'ਤੇ ਕੀ ਹੋ ਰਿਹਾ। ਇਸ ਕਰਕੇ ਉਹ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ, ਇਹ ਨਹੀਂ ਕਿ ਇਨਫੋਰਮੇਸ਼ਨ ਨਹੀਂ ਹੁੰਦੀ, ਸਾਰਾ ਕੁਛ ਹੈਗਾ। ਇਸ ਕਰਕੇ ਕਿਉਂਕਿ ਆਪਣੇ ਬੰਦੇ ਸਟਰੋਂਗ ਹੈ ਨਹੀਂ ਗਰਾਊਂਡ ਦੇ ਉੱਪਰ, ਇਸ ਕਰਕੇ ਅਧਾਰੇ ਮੰਗਣੇ ਪੈਂਦੇ ਨੇ ਦੂਜੇ, ਉਹਨਾਂ ਦੇ ਖਿਲਾਫ ਬੋਲਿਆ ਹੁੰਦਾ ਜੀ ਪਾਰਟੀ ਨੂੰ। ਇਹ ਤਾਂ ਇੱਕ ਤਾਂ ਚੁਣੌਤੀ, ਹੁਣ ਹੋਰ ਵੀ ਹੁਣ ਧੜੇ ਬਣ ਗਏ। ਜਦੋਂ 22 ਦੀ ਚੋਣ ਹੋਈ ਸੀ ਉਦੋਂ ਧੜੇ ਨਹੀਂ ਸੀ, ਜਿਹੜੀ ਵੋਟ ਸੀ ਉਹ ਇੱਕ ਧਰੂਵੀ ਵੋਟ ਪਈ, ਪਰ ਹੁਣ
ਆਮ ਆਦਮੀ ਪਾਰਟੀ ਦੇ ਵਿੱਚ ਗਰੁੱਪ ਇਜ਼ਮ ਖੜਾ ਹੋ ਗਿਆ, ਧੜੇ ਬਣ ਗਏ ਇਹਨਾਂ ਦੇ, ਐਮ ਐਲ ਏ ਦੇ ਬਰਾਬਰ ਚੇਅਰਮੈਨ ਲਾਤੇ ਗਏ, ਤੇ ਉਹ ਚੀਜ਼ ਨੁਕਸਾਨ ਕਰੂਗੀ ਇਹਨਾਂ ਦਾ। ਬਿਲਕੁਲ ਬਿਲਕੁਲ, ਦੇਖੋ ਉਹ ਜਿਹੜਾ ਸਮਾਂ ਸੀਗਾ ਉਹ ਸੀਗੀ ਅਗੇਂਸਟ ਵੋਟ, ਲੋਕ ਕਿਸੇ ਵੀ ਕੀਮਤ 'ਤੇ ਅਕਾਲੀ ਕਾਂਗਰਸੀਆਂ ਨੂੰ ਨਹੀਂ ਸੀ ਚਾਹੁੰਦੇ। ਉਹ ਇਹਨਾਂ ਨੇ ਕਾਫੀ ਦੇਰ ਚਲਾਇਆ ਵੀ ਕਿ ਜੀ ਉਹ ਆ ਜਾਣਗੇ, ਉਹ ਸਾਡੇ ਨਾਲ ਜੈਲਸੀ ਕਰਦੇ ਨੇ, ਫਲਾਣਾ ਕਰਦੇ ਨੇ, ਟੀਂਗ ਉਹ, ਪਰ ਕਿੰਨੀ ਕੁ ਦੇਰ ਚੱਲ ਸਕਦਾ ਕੰਮ ਸਾਹਿਬ, ਉਹ ਜ਼ਿਆਦਾ ਦੇਰ ਨਹੀਂ ਵਿਕਦੀ ਉਹ ਚੀਜ਼। ਤੁਸੀਂ ਮਤਲਬ ਇੱਕੋ ਹੀ ਸੌਦਾ ਕਿੰਨੀ ਵਾਰੀ ਵੇਚ ਸਕਦੇ ਹੋ, ਔਰ ਜਿਹੜਾ ਕੰਮ ਦਾ ਨਹੀਂ ਹੈ ਸੌਦਾ। ਤਾਂ ਹੁਣ ਕੀ ਹੋ ਰਿਹਾ ਇਸ ਦੇ ਵਿੱਚ, ਧੜੇ ਤਾਂ ਬਣਨੇ ਸੀ ਆਖਿਰਕਾਰ, ਜਿਹੜੇ ਬੰਦੇ ਸਿਆਸਤ 'ਚ ਆਏ ਨੇ ਦੂਜੀਆਂ ਪਾਰਟੀਆਂ 'ਚੋਂ ਆਏ ਨੇ, ਕੀ ਉਹ ਆਪਣੇ ਅਨਮੋਲ ਰਤਨ ਜੀ ਟਾਈਪ, ਜਿਹੜੇ ਜਿਹੜੇ ਮਤਲਬ ਜਿਹੜੇ ਜਿਹੜੇ ਮਤਲਬ ਸ਼ਿਕਾਰੀ ਟਾਈਪ ਹੈਗੇ ਨੇ ਬੰਦੇ, ਉਹ ਆਏ ਨੇ, ਉਹਨਾਂ ਨੇ ਆਪਣਾ ਸ਼ਿਕਾਰ ਕਰਨਾ ਹੈ ਅਸਲ ਦੇ ਵਿੱਚ, ਉਹ ਕਰਕੇ ਚਲੇ ਜਾਣਗੇ ਮੁੜ ਕੇ। ਉਹਨਾਂ ਨੂੰ ਲੱਗਿਆ ਕਿ ਹਾਂ ਇੱਥੇ ਦਾਲ ਲੱਗ ਜੂਗਾ, ਅਤੇ ਦਾਲ ਲਾਇਆ ਬਹੁਤ ਸਾਰਿਆਂ ਨੇ ਉਹਨਾਂ ਦੇ ਵਿੱਚੋਂ, ਪਰ ਉਹ ਗਰਾਊਂਡ ਲੈਵਲ ਦੇ ਉੱਪਰ ਉਹ ਬੇਸ ਨਹੀਂ ਬਣ ਸਕਿਆ ਜਿਹੜਾ ਪਾਰਟੀ ਦਾ ਬਣਨਾ ਸੀ। ਅੱਛਾ ਧੜੇਬੰਦੀ ਦੇ ਨਾਲ ਕਿ ਸਾਡੇ ਪੰਜਾਬ ਦੀ ਮਤਲਬ ਸੁਸਾਇਟੀ ਦੇ ਵਿੱਚ ਤਾਂ ਮਤਲਬ ਅਸੀਂ ਤਾਂ ਕਿਤੇ ਜਾਈਏ ਅਸੀਂ ਤਾਂ ਧੜੇਬੰਦੀ ਤਾਂ ਅਸੀਂ ਦੋ ਮਿੰਟਾਂ 'ਚ ਖੜੇ ਖੜੇ ਬਣਾ ਲੈਂਦੇ ਹਾਂ, ਪਰ ਜਦੋਂ ਧੜੇ ਬਣ ਗਏ ਟ੍ਰੈਡੀਸ਼ਨਲ ਪਾਰਟੀਆਂ ਨੇ ਜਿਹੜੀਆਂ ਅਕਾਲੀ ਦਲ ਵੀ ਅਤੇ ਕਾਂਗਰਸ ਵੀ, ਉਹ ਧੜਿਆਂ ਨੂੰ ਯੂਜ਼ ਕਰਦੀ ਰਹੀ ਆ ਉਹਨਾਂ ਦੀ ਹਾਈਕਮਾਂਡ, ਇੱਥੇ ਵੀ ਇਹ ਥੋੜ੍ਹਾ ਜਿਹਾ ਕੰਮ ਚੱਲਿਆ, ਪਰ ਇੱਥੇ ਜਿਹੜੇ ਹੁਣ ਧੜੇ ਇਹਨਾਂ ਦੇ ਬਣ ਰਹੇ ਨੇ ਅਸਲ ਦੇ ਵਿੱਚ, ਮੇਰਾ ਖਿਆਲ ਹੈ ਤੁਸੀਂ ਆ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ ਐਮ ਪੀ ਦੀਆਂ, ਇਹ ਤੋਂ ਬਾਅਦ ਤੁਸੀਂ ਦੇਖਿਓ ਹਸ਼ਰ ਕੀ ਹੋਣਾ। ਧੜੇ ਇੱਥੇ ਨਹੀਂ, ਧੜੇ ਦਿੱਲੀ ਦੇ ਲੈਵਲ ਤੱਕ ਬਣ ਗਏ ਨੇ ਕਿ ਕਿਹਦੀ ਚੱਲਦੀ ਹੈ, ਕਿਹਦੀ ਨਹੀਂ ਚੱਲਦੀ, ਕਿਹਦਾ ਹੁਕਮ ਮੰਨਿਆ ਜਾਂਦਾ, ਕਿਹਦਾ ਨਹੀਂ ਮੰਨਿਆ ਜਾਂਦਾ, ਕਿਹਦਾ ਹੁਕਮ ਕਿਸ ਗੱਲ 'ਚ ਮੰਨਿਆ ਜਾਂਦਾ। ਮਤਲਬ ਜਿੰਨਾ ਸਾਰਾ ਕਨਫਿਊਜ਼ਨ, ਜਿੰਨਾ ਸਾਰਾ, ਅੱਛਾ ਫਿਰ ਇਹ ਇਨਐਕਸਪੀਰੀਅੰਸਡ ਨੇ ਬੰਦੇ, ਕੁਛ ਸਿੱਖਿਆ ਨਹੀਂ, ਐਡਮਿਨਿਸਟ੍ਰੇਸ਼ਨ 'ਚੋਂ ਸਿੱਖ ਜਾਂਦੇ ਜਾਂ ਔਰਗੇਨਾਈਜੇਸ਼ਨ ਸਟਰਕਚਰ, ਦੋ ਹੀ ਚੀਜ਼ਾਂ ਹੁੰਦੀਆਂ ਨੇ, ਜਿੱਦਾਂ ਪਾਰਟੀ ਦਾ ਔਰਗੇਨਾਈਜੇਸ਼ਨ ਸਟਰਕਚਰ ਹੈ ਜਿਹੜਾ ਉਹ ਤਕੜਾ ਹੁੰਦਾ, ਜਾਂ ਫਿਰ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਤਕੜਾ ਹੁੰਦਾ, ਉਹਦੇ ਹਿਸਾਬ ਨਾਲ ਉਹ ਉਸ ਮਸ਼ੀਨਰੀ ਨੂੰ ਯੂਜ਼ ਕਰ ਲੈਂਦੇ ਨੇ, ਉਨੀ ਥਾਈਂ ਕੱਚਾ ਕੰਮ ਹੈ। ਅੱਛਾ ਸਿਰਫ ਮੀਡੀਆ ਮੈਨੇਜਮੈਂਟ ਚੱਲ ਰਹੀ ਹੈ, ਪਰ ਉਹ ਮੀਡੀਆ ਮੈਨੇਜਮੈਂਟ ਦੇ ਨਾਲ ਲੋਕ ਹੌਲੀ 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 ਉਸ ਗੱਲ ਤੋਂ ਸਤਣ ਲੱਗ ਜਾਂਦੇ, ਲੋਕਾਂ ਨੂੰ ਖਿਜਾਉਣ ਲੱਗ ਜਾਂਦੀ ਹੈ। ਤੁਸੀਂ ਹਰ ਖੰਭਾ, ਹਰ ਦਰਖਤ, ਹਰ ਝੰਡਾ ਮਤਲਬ ਤੁਸੀਂ ਕੋਈ ਛੱਡਦੇ ਹੀ ਨਹੀਂ ਜਿੱਥੇ ਤੁਹਾਡੀਆਂ ਫੋਟੋਆਂ ਨਾ ਲੱਗੀਆਂ ਹੋਣ, ਪਰ ਉਸੇ ਗੱਲ ਦੇ ਖਿਲਾਫ਼ ਤੁਸੀਂ ਇੰਨੀ ਸਟਰੋਂਗਲੀ ਪਹਿਲਾਂ ਲੜਕੇ ਆਏ ਹੋ। ਸੋ ਇਹ ਇੱਕ ਚੀਜ਼ ਹੈਗੀ ਹੈ ਕਿ ਜਿਹੜਾ ਜਿਹੜਾ ਕਹਿ ਲਓ ਸ਼ਬਦ ਅਤੇ ਕਰਮ ਦੇ ਵਿੱਚ, ਕਹਿਣੀ ਅਤੇ ਕਰਨੀ ਦੇ ਵਿੱਚ ਬਹੁਤ ਬੜਾ ਅੰਤਰ ਹੈ, ਪਰ ਉਹ ਵੱਧਦਾ ਜਾ ਰਿਹਾ ਦਿਨੋਂ ਦਿਨ। ਸੋ ਉਹਦੇ ਕਰਕੇ ਇਹ ਹੈ ਕਿ ਇਹਦੇ ਸਿੱਟੇ ਤਾਂ ਗੰਭੀਰ ਨਿਕਲਣਗੇ, ਪਰ ਉਹ ਫੇਸ ਕਰਨੇ ਪੈਣਗੇ, ਹੋਰ ਚਾਰਾ ਕੋਈ ਨਹੀਂ, ਕਿਉਂਕਿ ਇਹਨਾਂ ਨੂੰ ਕੰਮ ਇਹੀ ਆਉਂਦਾ। ਹੁਣ ਇਹ ਤੋਂ ਬਾਅਦ ਬਲੇਮ ਗੇਮ ਸ਼ੁਰੂ ਹੋਣੀ, ਜਿੱਦਾਂ ਜਿੱਤ ਗਏ ਫਿਰ ਤਾਂ ਠੀਕ ਹੈ, ਜੇ ਕਿਤੇ ਹਾਰ ਗਏ, ਮੰਨ ਲਓ ਹੁਣ ਵੱਡੇ ਵੱਡੇ ਮੰਤਰੀ ਜਿਹੜੇ ਕਈ ਚੰਗੇ ਬੰਦੇ ਵੀ ਨੇ ਉਹਨਾਂ ਦੇ ਵਿੱਚ, ਜਿਹੜੇ ਆਪਣੇ ਆਪਣੇ ਮਹਿਕਮੇ ਨੂੰ ਚੰਗਾ ਵੀ ਚਲਾ ਰਹੇ ਸੀ, ਉਹਨਾਂ ਨੂੰ ਚੱਕ ਕੇ ਲਾ ਦਿੱਤਾ ਹੈ ਕਿ ਕੱਲ੍ਹ ਨੂੰ ਕਿਤੇ ਉਹ ਸੀ ਐਮ ਦੀ ਕੁਰਸੀ ਵੱਲ ਨਾ ਝਾਕ ਲੈਣ। ਸੋ ਉਹ ਜੇ ਹਾਰ ਗਏ ਜਾਂ ਵੋਟਾਂ ਘੱਟ ਗਈਆਂ, ਮਤਲਬ ਕੀ ਬਣੂਗਾ ਤੁਸੀਂ ਦੱਸੋ ਨਾ। ਇੱਕ ਐਮ ਐਲ ਏ ਉੱਥੋਂ ਹੀ ਜਿੱਤਿਆ ਹੋਇਆ, ਉਸੇ ਕੰਸਟੀਚੁਐਂਸੀ ਦੇ ਦੋ ਚਾਰ ਨਾਲ ਲਾਗੇ ਵਾਲੀਆਂ ਦੇ ਵਿੱਚੋਂ ਖੜਾ ਹੋ ਗਿਆ, ਐਮ ਪੀ ਦੇ ਤੌਰ 'ਤੇ ਹਾਰ ਗਿਆ, ਕੀ ਉਹ ਮੰਤਰੀ ਰਹਿ ਸਕਣਗੇ ਫਿਰ? ਸੋ ਇਹ ਆਪਣੇ ਆਪ ਦੇ ਵਿੱਚ ਕਾਫੀ ਸਵਾਲ ਖੜੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਪਰ ਜਿੱਥੇ ਜਿੱਥੇ ਬੰਦੇ ਖੜੇ ਕੀਤੇ ਜਾ ਰਹੇ ਨੇ, ਜਿਸ ਤਰੀਕੇ ਨਾਲ ਕੀਤੇ ਜਾ ਰਹੇ ਨੇ, ਜਿਸ ਤਰੀਕੇ ਨਾਲ ਉਹਨੂੰ ਜਿਤਾਇਆ ਜਾਣਾ, ਸਰਕਾਰੀ ਮਸ਼ੀਨਰੀ ਹੈ, ਹੋ ਸਕਦਾ ਜਿੱਤ ਜਾਣ, ਕਿਉਂਕਿ ਕਾਂਗਰਸ ਦਾ ਖਿੰਡਿਆ ਹੋਇਆ ਬੇਸਿਕਲੀ। ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਕਾਂਗਰਸੀਆਂ ਨੇ ਵੀ ਇਹ ਕਿਉਂ ਕਰਿਆ ਕਿ ਅਸੀਂ ਇੱਥੇ ਲਹਿਦਾ ਲਹਿਦਾ ਲੜਨੀ ਹੈ, ਜਦੋਂ ਕੈਂਡੀਡੇਟ ਉਹਨਾਂ ਦੇ ਹੀ ਹੋਣੇ ਸੀ। ਹੁਣ ਵੀ ਤਾਂ ਉਹਨਾਂ ਦੇ ਕੈਂਡੀਡੇਟ ਹੀ ਦੋ ਤਾਂ ਖੜੇ ਕਰ ਲਏ ਨਾ, ਅਤੇ ਰਲ ਕੇ ਹੀ ਤਾਂ ਕੈਂਡੀਡੇਟ ਖੜੇ ਕਰ ਲੈਂਦੇ, ਏਡੀ ਵੀ ਕੀ ਗੱਲ ਸੀ ਇਹਦੇ ਵਿੱਚ। ਇਹ ਸਮਝ ਨਹੀਂ ਆਉਂਦੀ ਗੱਲ ਕਿ ਉਹਨਾਂ ਦਾ ਫਟਿਆ ਹੋਇਆ ਹਾਊਸ ਹੈ, ਉਹਨਾਂ ਤੋਂ ਬਾਹਲਾ ਨਹੀਂ ਚੱਲ ਸਕਣਾ ਕੰਮ, ਇਹਦਾ ਫਾਇਦਾ ਬੀਜੇਪੀ ਜਾਂ ਅਕਾਲੀ ਇਕੱਠੇ ਲਿਜਾ ਸਕਦੇ ਨੇ, ਜੇ ਉਹ ਨਹੀਂ ਹੋਏ ਤਾਂ ਸਰਕਾਰੀ ਮਸ਼ੀਨਰੀ ਆਮ ਆਦਮੀ ਪਾਰਟੀ ਕੋਲ, ਹੋ ਸਕਦਾ ਜਿੱਤ ਜਾਣ ਇਲੈਕਸ਼ਨ, ਜਿੱਤ ਜਾਣ ਫਿਰ ਤਾਂ ਇੱਜ਼ਤ ਵੱਧ ਜੂਗੀ। ਆਹੋ ਇੱਕ ਬੜੀ ਇੰਟਰਸਟਿੰਗ ਚੀਜ਼ ਹੈ ਕਿ ਇੱਕ ਮੰਤਰੀ ਜਿਹੜੇ ਉਮੀਦਵਾਰ ਬਣ ਗਏ, ਮੈਂ ਉਹਨਾਂ ਨੂੰ ਸੁਣ ਰਿਹਾ ਸੀ,
ਉਹ ਕਹਿੰਦੇ ਕਿ ਦੇਖੋ ਪੰਜਾਬ ਦੇ, ਉਹ ਕਹਿੰਦੇ ਕਿ ਦੇਖੋ ਉੱਪਰ ਸਰਕਾਰ ਤਾਂ ਬਣੂਗੀ ਇੰਡੀਆ ਅਲਾਇੰਸ ਦੀ, ਅਤੇ ਪੰਜਾਬ ਦੇ ਵਿੱਚ ਉਹ ਕਾਂਗਰਸ ਦੇ ਖਿਲਾਫ ਲੜ ਰਹੇ ਨੇ, ਅਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਸੰਬੋਧਨ ਹੋਏ ਕਹਿ ਰਹੇ ਨੇ ਕਿ ਪੰਜਾਬ ਇੰਡੀਆ ਅਲਾਇੰਸ ਦੀ ਸਰਕਾਰ ਬਣੂਗੀ ਦੇਸ਼ ਦੇ ਵਿੱਚ। ਬਿਲਕੁਲ, ਇੱਥੇ ਵੀ ਗੱਲ ਬਣ ਰਹੀ ਹੈ, ਬੇਸਿਕਲੀ ਤਾਂ ਇੰਡੀਆ ਦੀ ਬਣ ਰਹੀ ਹੈ ਨਾ, ਚੱਬੀਵਾਲ ਨੂੰ ਉਹ ਟਿਕਟ ਦੇਣਦੇ ਜਾਂ ਇਹ ਦੇਣਦੇ ਕੋਈ ਗੱਲ ਸੀ, ਰਲ ਕੇ ਹੀ ਲੜ ਲੈਂਦੇ ਉਸ ਨਾਲ, ਜੀ ਪੀ ਨੂੰ ਵੀ ਉਹ ਟਿਕਟ ਦੇਣਦੇ, ਇਹ ਵੀ ਦੇਣਦੇ, ਰਲ ਕੇ ਕਰ ਲੈਂਦੇ, ਇੱਡਾ ਕੀ ਮਾੜਾ ਸੀ ਇਹ ਕੰਮ। ਪਰ ਕਿਉਂਕਿ ਇੰਡੀਵਿਜੁਅਲ ਈਗੋਜ ਬੜੇ ਰੌਲੇ ਰੱਪੇ, ਹੋਰ ਮਤਲਬ ਕੜਮਸ ਵੀ ਤਾਂ ਹੈ ਕਈ ਵਾਰੀ, ਆਪਾਂ ਨੂੰ ਲੱਗਦਾ ਹੁੰਦਾ ਵੀ ਜਿਹੜੇ ਸਿਆਸਤਦਾਨ ਨੇ ਬੜੇ ਸਿਆਣੇ ਲੋਕ ਨੇ, ਇਹ ਸਾਰਾ ਕੁਛ ਜੋ ਕਰਦੇ ਨੇ ਨਾ ਸੋਚ ਸਮਝ ਕੇ ਪਲੈਨਿੰਗ ਨਾਲ ਕਰਦੇ ਨੇ, ਐਸੀ ਕੋਈ ਗੱਲ ਨਹੀਂ ਹੈ, ਇਹਨਾਂ ਦੇ ਦਿਮਾਗਾਂ 'ਚ ਵੀ ਖਿਲਾਰਾ ਆਪਣੇ ਵਰਗਾ ਹੀ ਹੁੰਦਾ ਹੈ। ਹੁਣ ਤਾਂ ਇਹ ਭਰਮ ਟੁੱਟ ਗਿਆ ਲੋਕਾਂ ਦਾ, ਰਾਹੁਲ ਸਾਹਿਬ ਪਹਿਲਾਂ ਹੁੰਦਾ ਸੀ, ਇਹਨਾਂ ਨੇ ਤੋੜਤਾ, ਇਹਨਾਂ ਨੂੰ ਇਹਨਾਂ ਨੂੰ ਕ੍ਰੈਡਿਟ ਜਾਂਦਾ ਕਿ ਇਹਨਾਂ ਨੇ ਬਿਲਕੁਲ ਜਿਹੜਾ ਆਮ ਆਦਮੀ ਵਰਗਾ ਦਿਮਾਗ ਹੈ ਆਪਣੇ ਵਰਗਾ, ਇਹ ਕਹਿੰਦੇ ਵੀ ਇੱਦਾਂ ਦਾ ਹੀ ਸਾਡਾ ਭਾਈ, ਅਸੀਂ ਇਵੇਂ ਖਿਲਾਰਾ ਪਾ ਲੈਂਦੇ ਹਾਂ ਅਸੀਂ ਵੀ। ਪਹਿਲਾਂ ਤਾਂ ਲੋਕ ਸੋਚ ਲੈਂਦੇ ਸੀ ਕਿ ਜੇ ਲੀਡਰ ਨੇ ਕੋਈ ਫੈਸਲਾ ਲਿਆ ਯਾਰ, ਨਹੀਂ ਯਾਰ ਕੋਈ ਸੋਚ ਕੇ ਲਿਆ ਹੋਣਾ, ਕੋਈ ਕਾਰਨ ਹੋਊਗਾ ਇਹਦੇ ਪਿੱਛੇ। ਜਿਵੇਂ ਮੋਦੀ ਬਾਰੇ ਹੁੰਦਾ ਸੀ ਨਾ ਵੀ ਮੋਦੀ ਨੇ ਜੋ ਕਰਿਆ ਤਾਂ ਸੋਚ ਸਮਝ ਕੇ ਕਰਿਆ ਹੋਣਾ, ਮਤਲਬ ਇੱਥੇ ਹੁਣ ਇਹ ਉਲਟ ਹੋ ਗਿਆ ਵੀ ਸੋਚ ਲੈਣਗੇ ਬਾਅਦ 'ਚ ਫੈਸਲਾ ਕਰ ਲਿਆ, ਠੀਕ ਹੈ ਚਲੋ ਜੇ ਚੱਲ ਗਿਆ ਨਹੀਂ ਤਾਂ ਨਾ ਸੀ। ਤੁਹਾਨੂੰ ਪਤਾ ਪੀਟਰ ਰੇੜੇ ਬੰਦ ਕਰਤੇ ਸੀ ਇੱਕ ਵਾਰੀ, ਉਹ ਸਟਾਰਟਿੰਗ 'ਚ ਉਹ ਵੀ ਫੈਸਲਾ ਸੀ ਤੇ ਯੂ ਟਰਨ ਲਿਆ ਸੀ, ਬਹੁਤ ਸਾਰੇ ਫੈਸਲੇ ਇੱਦਾਂ ਦੇ ਹੋਏ ਨੇ। ਸੋ ਇਹ ਹੈ ਕਿ ਮਤਲਬ ਇਹ ਅਜੇ ਸਿੱਖ ਨਹੀਂ ਰਹੇ। ਦੇਖੋ ਕਈ ਵਾਰੀ ਇਹ ਹੁੰਦਾ ਪਰਮਾਤਮਾ ਤੁਹਾਨੂੰ ਬਹੁਤ ਸਾਰਾ ਕੁਛ ਦੇ ਦਿੰਦਾ, ਅਸੀਂ ਉਹਦੇ ਯੋਗ ਹੋਣਾ ਹੁੰਦਾ, ਇਹ ਉਸ ਚੱਕਰ 'ਚ ਨਹੀਂ ਪਏ ਕਿ ਦੇ ਤਾਂ ਬਹੁਤ ਦਿੱਤਾ ਰੱਬ ਨੇ, ਜਿੰਨਾ ਮੰਗਿਆ ਉਹ ਤੋਂ ਵੱਧ ਮਿਲ ਗਿਆ, ਪਰ ਉਹਨੂੰ ਸਾਂਭਣਾ ਨਹੀਂ ਆ ਰਿਹਾ ਅਸਲ ਦੇ ਵਿੱਚ, ਇਹ ਮੁਸ਼ਕਲ ਹੈ ਜੀ। ਬਿਲਕੁਲ ਬਿਲਕੁਲ। ਸੋ ਡਾਕਟਰ ਸਾਹਿਬ ਹੁਣ ਤਾਂ ਹਰ ਦਿਨ ਇੱਕ ਇਹੋ ਜਿਹਾ ਫੈਸਲਾ ਆਊਗਾ ਜਿਹੜਾ ਦਿਲਚਸਪ ਹੋਊਗਾ ਕਿ ਅੱਜ ਆਹ ਕੁਛ ਹੋ ਗਿਆ, ਕਿਉਂਕਿ ਨਗਾਰ ਬਹੁਤ ਵੱਡੇ ਲੈਵਲ ਦੇ ਉੱਪਰ ਹੈ। ਆਪਾਂ ਨੂੰ ਬੇਸ਼ੱਕ ਚਲੋ ਆਪਾਂ ਗੱਲਬਾਤ ਕਰ ਲੈਂਦੇ ਹਾਂ, ਪਰ ਨਗਾਰ ਇਸ ਲੈਵਲ ਦੇ ਉੱਪਰ ਹੈ ਕਿ ਅੱਜ ਜੋ ਕੁਛ ਹੋ ਰਿਹਾ ਇਹਦਾ ਜਿਹੜਾ ਇੰਪੈਕਟ ਹੈ ਉਹ 2-4 ਸਾਲ 5 ਸਾਲਾਂ ਤੱਕ ਪਤਾ ਲੱਗੂਗਾ ਕਿ ਉਦੋਂ ਐਂ ਹੋਇਆ ਸੀ। ਦੇਖੋ ਭੰਗੂ ਸਾਹਿਬ, ਸਾਡੀਆਂ ਪੀੜ੍ਹੀਆਂ ਤਾਂ ਅਸੀਂ ਤਾਂ ਆਪਣੀਆਂ ਖੇਡਾਂ ਖੇਡ ਲਈਆਂ ਲਗਭਗ, ਨਵੀਂ ਪੀੜ੍ਹੀ ਵਿਚਾਰੀ ਕਿਉਂ ਭੱਜੀ ਜਾ ਰਹੀ ਹੈ, ਇਸ ਕਰਕੇ ਭੱਜੇ ਜਾ ਰਹੇ। ਬਿਲਕੁਲ ਬਿਲਕੁਲ, ਤੁਹਾਨੂੰ ਦੂਰੋਂ ਹੀ ਸਮੈਲ ਆ ਜਾਂਦੀ ਹੁੰਦੀ ਹੈ ਕਿ ਆਉਣ ਵਾਲਾ ਸਮਾਂ ਕਿਹੋ ਹੈ, ਜਦੋਂ ਤੁਸੀਂ ਇਸ ਤਰ੍ਹਾਂ ਦੇ ਅੱਗੇ ਬੰਦੇ ਲਾ ਲਏ ਨੇ ਤਾਂ ਫਿਰ ਉਹ ਇੱਦਾਂ ਦਾ ਹੀ ਰਾਜਭਾਗ ਕਰਨਗੇ ਭਾਈ, ਜਿੱਦਾਂ ਦੇ ਚੁਣੋਗੇ ਉੱਦਾਂ ਦੇ ਮਤਲਬ ਰਾਜਭਾਗ ਕਰਨਗੇ। ਕੋਈ ਸੰਗਲ ਲੈ ਕੇ ਚਲੇ ਜਾਓ, ਕੋਈ ਜਿੰਦਾ ਲੈ ਕੇ ਚਲੇ ਜਾਊਗਾ, ਉਹ ਫਿਰ ਸੰਗਲ ਵਾਲੇ ਦੇ ਉਹੀ ਸੰਗਲ ਪਾ ਲਿਆ ਉਹਨਾਂ ਨੇ ਗਏ ਹੋਏ ਦੇ, ਮਤਲਬ ਦੇਖੋ ਨਾ। ਪਰ ਇਹ ਹੈ ਟ੍ਰੈਜਡੀ ਹੈ, ਮਤਲਬ ਇਹ ਅੱਜ ਦੇ ਜ਼ਮਾਨੇ ਦੀ ਸਾਡੀ ਸਿਆਸਤ ਦੀ ਟ੍ਰੈਜਡੀ ਸਾਡੇ ਸਾਹਮਣੇ ਉੱਪਰ ਰਹੀ ਹੈ ਜੀ। ਬਿਲਕੁਲ, ਪੋਲੀਟੀਕਲ ਜੇ ਕੋਈ ਮੂਵਮੈਂਟ ਉੱਠੂਗੀ ਤਾਂ ਇਸੇ ਉਹ ਤ੍ਰਾਸਦੀ ਦੀ ਬਦੌਲਤ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ ਬਿਲਕੁਲ, ਕੋਈ ਰਸਤਾ ਬਚ ਨਹੀਂ ਰਿਹਾ, ਆਮ ਬੰਦੇ ਕੋਲ ਕੋਈ ਰਸਤਾ ਨਹੀਂ ਬਚ ਰਿਹਾ ਜੀ। ਬਿਲਕੁਲ, ਜਾਗਣਾ ਪਊਗਾ ਤੇ ਰਸਤਾ ਖੋਜਣਾ ਪਊਗਾ ਜੀ। ਬਿਲਕੁਲ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਕੱਢਿਆ ਆਪਣੇ ਵਿਜ਼ੀ ਸ਼ਡਿਊਲ 'ਚ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਸ਼ੁਕਰੀਆ ਭੰਗੂ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।